ਦੋਸਤੋ ਡਿਸਟ੍ਰਿਕਟ ਕੋਰਟ ਆਫ ਮਾਨਸਾ ਦਾ ਆਫੀਸ਼ੀਅਲ ਪੇਜ ਹੈ ਅਤੇ ਇੱਥੇ ਆਪਾਂ ਚੈੱਕ ਕਰ ਸਕਦੇ ਨੰਬਰ 1 ਵਿੱਚ ਕਿ ਜਿਹੜੀ ਪੋਸਟ ਆਈ ਸਵੀਪਰ ਯਾਨੀ ਕਿ ਸਫਾਈ ਸੇਵਕ ਅਤੇ ਚੌਕੀਦਾਰ ਦੀ ਹੈ। ਜਿਵੇਂ ਹੀ ਆਪਾਂ ਪਬਲਿਕ ਨੋਟਿਸ 'ਤੇ ਕਲਿੱਕ ਕਰਾਂਗੇ ਇਸਦੀ ਆਫੀਸ਼ੀਅਲ PDF ਫਾਈਲ ਆਪਣੇ ਕੋਲ ਓਪਨ ਹੋ ਜਾਵੇਗੀ, ਉਹ ਤੁਸੀਂ ਆਪ ਪੜ੍ਹ ਲਿਓ ਦੋਸਤੋ, ਪੂਰੀ ਜਾਣਕਾਰੀ ਤੁਹਾਨੂੰ ਉਸ ਵਿੱਚ ਮਿਲ ਜਾਵੇਗੀ। ਬਾਕੀ ਮੋਟੀ ਮੋਟੀ ਜਾਣਕਾਰੀ ਜਿਹੜੀ ਮੈਂ ਮੇਨ ਮੇਨ ਜਾਣਕਾਰੀ ਤੁਹਾਨੂੰ ਦੇ ਦਿੰਦਾ ਕਿ ਇਸ ਵਿੱਚ ਸਵੀਪਰ ਅਤੇ PN ਦੀ ਪੋਸਟ ਹੈ ਅਤੇ ਟੋਟਲ ਪੋਸਟ ਦੀ ਗੱਲ ਕਰੀਏ ਇੱਕ ਪੋਸਟ ਦੋਸਤੋ ਇਸ ਵਿੱਚ ਅਤੇ 8ਵੀਂ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ ਅਤੇ ਉਮਰ ਸੀਮਾ 18 ਤੋਂ 35 ਸਾਲ ਹੈ। ਹੁਣ ਗੱਲ ਕਰ ਲੈਂਦੇ ਹਾਂ ਅਪਲਾਈ ਕਿਵੇਂ ਕਰਨੀ ਹੈ ਪੋਸਟ। ਐਂਡ ਦੋਸਤੋ ਤੁਸੀਂ ਇੱਕ ਸਵਾਲ ਦਾ ਜਵਾਬ ਦੇਣਾ, ਜੇ ਜਵਾਬ ਤੁਸੀਂ ਸਹੀ ਦੇ ਦਿੰਦੇ ਹੋ ਤਾਂ ਸਾਡੀ ਟੀਮ ਵੱਲੋਂ 3 ਮਹੀਨੇ ਦਾ ਰਿਚਾਰਜ ਤੁਹਾਡਾ ਸਾਡੀ ਟੀਮ ਯੂਟਿਊਬ ਟੀਮ ਵੱਲੋਂ ਕਰਵਾਇਆ ਜਾਵੇਗਾ। ਅਤੇ ਅੱਜ ਦਾ ਜਿਹੜਾ ਸਵਾਲ ਹੈ, ਮੈਂ ਇਸ ਵੀਡੀਓ ਵਿੱਚ ਟੋਟਲ ਕਿੰਨੀ ਵਾਰ ਜਿਹੜਾ ਕਿ ਦੋਸਤੋ ਸ਼ਬਦ ਦਾ ਪ੍ਰਯੋਗ ਕੀਤਾ ਹੈ, ਜੇ ਤੁਸੀਂ ਕਾਊਂਟ ਕਰ ਸਕਦੇ ਹੋ ਤਾਂ ਕਮੈਂਟ ਜ਼ਰੂਰ ਕਰੋ। ਮੈਂ ਦੋਸਤੋ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਇੱਕ ਵਾਰੀ ਚੰਗੀ ਤਰ੍ਹਾਂ ਰੀਡ ਕਰ ਲਓ, ਵੀਡੀਓ ਤੋਂ ਡਿਸਕ੍ਰਿਪਸ਼ਨ ਵਿੱਚ ਇਸਦਾ ਲਿੰਕ ਮਿਲ ਜੂ ਤੁਹਾਨੂੰ, ਅਤੇ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਜਿਹੜਾ ਫੋਰਮ ਆਪਾਂ ਨੂੰ ਫਿਲ ਕਰਕੇ ਨੋਰਮਲੀ ਡਿਟੇਲ ਆਪਣੀ ਕੁਆਲੀਫਿਕੇਸ਼ਨ ਆਪਣਾ ਜੋ ਵੀ ਨੇਮ ਫਾਦਰ ਨੇਮ ਲਿਖ ਕੇ ਆਪਾਂ ਫਿਲ ਕਰਕੇ ਅਤੇ ਆਪਾਂ ਪੋਸਟ ਆਫਿਸ ਵਿੱਚ ਜਾਣਾ ਅਤੇ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਆਪਾਂ ਨੂੰ ਬਾਈ ਡਾਕ ਸੈਂਡ ਕਰ ਦੇਣਾ। ਕਿਉਂਕਿ ਦੋਸਤੋ ਅਤੇ ਲਾਸਟ ਇਸਦੀ ਡੇਟ ਜਿਹੜੀ ਆਪਾਂ ਸੈਂਡ ਕਰਨ ਦੀ ਉਹ 23/10/2020। ਉਹ ਦੱਸੋ ਹੋਰ ਕੋਈ ਸਵਾਲ ਹੈ ਜਿਸ ਰਿਲੇਟਡ ਤਾਂ ਵੀਡੀਓ ਵਿੱਚ ਕਮੈਂਟ ਕਰੋ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।